ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਚੱਠਾ, ਤਹਿਸੀਲ ਬਟਾਲਾ ਅਤੇ ਜ਼ਿਲ੍ਹਾ ਗੁਰਦਾਸਪੁਰ, ਜਤਿੰਦਰ ਵੀਰ ਕੋਲ ਪਹੁੰਚ ਚੁੱਕੇ ਹਾਂ। ਅਤੇ ਅੱਜ ਤੁਹਾਨੂੰ ਕਾਫੀ ਗਿਣਤੀ 'ਚ ਮੱਝਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਵਾ। ਅਤੇ ਅੱਜ ਰੇਟ ਵੀ ਸਾਰੇ ਵੀਰ ਜੀ ਨੇ ਕਹਿੰਦੇ ਕਿ ਆਪਾਂ ਨੋਰਮਲ ਹੀ ਕਰਨੇ ਹਾਂ। ਅਤੇ ਇੱਕ ਗਾਂ ਤੁਹਾਨੂੰ ਕਾਫੀ ਖੂਬਸੂਰਤ, ਇੱਕ ਸੋਹਣੇ ਹਵਾਨੇ ਵਾਲੀ ਇੱਕ ਆਹ ਦਿਖਾਉਣੀ ਹੈ, ਅਤੇ ਇੱਕ ਹੌਲੇ ਭਾਜ ਗਾਂ ਤੁਹਾਨੂੰ ਹੋਰ ਦਿਖਾਵਾਂਗੇ ਜਿਹੜੀ ਅੰਦਰ ਬੰਨੀ ਆ। ਗੱਲਬਾਤ ਆਪਾਂ ਵੀਰ ਜੀ ਹੁਣਾਂ ਨਾਲ ਕਰਦੇ ਹਾਂ ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਠੀਕ ਠਾਕ ਜੀ? ਵਧੀਆ ਜੀ ਵਧੀਆ, ਤੁਸੀਂ ਸੁਣਾਓ ਜੀ? ਸਭ ਠੀਕ ਠਾਕ ਜੀ। ਅਤੇ ਨਾਮ ਹੀ ਦੱਸ ਦਿਓ ਕਰੀਏ। ਜਤਿੰਦਰ ਸਿੰਘ, ਪਿੰਡ ਚੱਠਾ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ। ਅਤੇ ਫੋਨ ਨੰਬਰ ਬੋਲ ਦਿਓ। 9568272750। ਠੀਕ ਹੈ। ਅੱਜ ਕਹਿੰਦੇ ਸੀ ਮੱਝਾਂ ਦੀ ਸੇਲ ਹੀ ਲਾ ਦੇਣੀ। ਅੱਜ ਸੇਲ ਹੀ ਲਾ ਦੇਣੀ ਭਾਅ ਜੀ, ਇੱਦਾਂ ਦੇ ਤੁਸੀਂ ਤੋਕੜਾ ਵਾਲੇ ਭਾਅ ਸੱਜਣਾ ਦੇ ਦੇਣੀ। ਅੱਛਾ, ਹਾਂਜੀ ਠੀਕ ਹੈ। ਬਾਕੀ ਮਹੀਆਂ ਵੀ ਸਾਰੀਆਂ ਸੇਲ ਇੱਕ ਦੂਜੀ ਤੋਂ ਤਾਂ ਤਾਂ ਹੋਣਗੀਆਂ। ਠੀਕ ਹੈ, ਹਾਂਜੀ। ਅਤੇ ਚਲੋ ਫਿਰ ਗਾਂ ਵਿਖਾ ਦਈਏ ਪਹਿਲਾਂ ਨਾ, ਵੈਣੋ ਖਾ ਦਈਏ ਅਤੇ ਫਿਰ ਆਪਾਂ ਮੱਝਾਂ ਸ਼ੁਰੂ ਕਰਾਂਗੇ। ਹਾਂ, ਦੇਖ ਸਕਦੇ ਕਾਫੀ ਖੂਬਸੂਰਤ ਵੈੜ ਆ, ਅਤੇ ਥਾਣਾ ਜਿਹੜਾ ਕਾਫੀ ਚੰਗਾ ਲੱਗਾ ਇਹਦੇ ਕੋਲ। ਥਾਣਾ 'ਚ ਦੁੱਧ ਜਿਹੜਾ ਹੱਲੇ ਨੇ ਪਾਉਣਾ, ਅਜੇ ਸੂਨ ਤੱਕ ਹੋਰ ਬਣ ਜੂਗੀ ਜੇ ਥਾਣਾ ਚ। ਹਾਂਜੀ ਹਾਂਜੀ, ਹਾਂਜੀ ਹਾਂਜੀ। ਤੇ ਕਿੰਨਾ ਕੁ ਟਾਈਮ ਖੜਦੀ ਸੂਨ ਚ? ਸੂ ਪੈਣਾ ਵੀਰ ਜੀ ਅੱਜ ਨੇ। ਦੁੱਧ ਕਿੰਨਾ ਚਵਾ ਦੂਗੀ? ਦੁੱਧ ਵੀਰ ਜੀ, ਪਹਿਲਣ ਮਸ਼ੀਨ ਨੇ 18 ਕਿਲੋ ਦੁੱਧ ਚਵਾਇਆ, 20 ਕਿਲੋ ਪਲੱਸ ਦੁੱਧ ਚਵਾਇਆ ਕਿ ਕਦੇ ਭਲਦਾ ਨਾ ਨਹੀਂ ਲੇਵੇ, ਜਿੰਨਾ ਲੇਵਾ ਹੀ ਆ ਸਾਰਾ ਅੱਗੇ। ਹਾਂਜੀ ਹਾਂਜੀ, ਕਿਤੇ ਭਲਦਾ ਨਾ ਨਹੀਂ, ਥਾਣ ਲੱਗਾ ਮਹੀਆਂ ਵਾਲਾ। ਠੀਕ ਹੈ। ਬਾਕੀ ਦੁੱਧ ਵੀ ਚਿੱਟਾ ਦੇ ਕੇ ਕਰੋਸ ਵਛੀ ਹੈ, ਤੁਹਾਨੂੰ ਪਤਾ ਕਰੋਸ ਲੱਭਦੀ ਘੱਟ ਆ, ਬਾਕੀ ਗਰਮੀ ਦੀ ਵੀ ਨਹੀਂ ਪਰਵਾਹ ਇਹਨੂੰ ਕੋਈ। ਸਫਾਈ 'ਚ ਆ ਪੂਰੀ, ਜਿੰਨੀ ਵੀ ਹੈਗੀ ਸਫਾਈ ਆ ਵਛੀ, ਸਾਰੀ ਅਮਰੀਕੀ ਆ ਪੂਰੀਆਂ ਵਛੀ। ਕੀ ਮੁੱਲ ਰੱਖਣਾ ਜੇ ਤਾਂ? ਮੁੱਲ ਇਹੋ ਜਿਹੀ ਵਛੀ ਦਾ ਹਿਸਾਬ ਲਾਈਏ, ਲੋਕੀ 50-55 ਹਜ਼ਾਰ ਮੰਗੀ ਜਾਂਦੇ ਆ। ਹਾਂਜੀ, ਇਹਦਾ 45 ਹਜ਼ਾਰ ਵੀਰ ਜੀ। 39 ਚੋਂ ਕਿੰਨਾ ਮਾਨ ਕਰ ਦੋਗੇ? 3 ਹਜ਼ਾਰ ਹੀ ਕਰ ਦਾਂਗੇ, 42 ਹਜ਼ਾਰ ਦੀ ਵਛੀ ਦੇ ਦਾਂਗੇ, ਵਛੀ ਮਹੀ ਆ। ਠੀਕ ਹੈ ਜੀ, ਲਿਆ ਖੋਲੋ, ਤੋਰ ਦੋ ਫਿਰ ਇੱਕ ਵਾਰੀ ਨੂੰ। ਇੱਕੋ ਵੈੜ ਦਾ ਲੇਵਾ ਜਿਹੜਾ ਕਿਤੇ ਘਰ ਵੀ ਰੱਖੂ, ਯਾਦ ਕਰੂ ਇੱਕੋ ਵਛੀ ਕੋ ਲੇਵਾ ਲੈ ਕੇ ਤੋਰਨ ਦਾ। ਬਾਕੀ ਹੈ ਜੇ ਸੋਨ ਟੱਕਰ ਹਵਾਨਾ ਜਿਹੜਾ ਹੋਰ ਭਰ ਜੂਗੀ। ਠੀਕ ਹੈ ਵੀਰ ਜੀ, ਲੈ ਜਾਓ ਜੀ। ਹੈਗੀ ਵੀ ਜਿਹੜੀ ਕਰੋਸ 'ਚ ਉਂਝ ਹੈਗੀ ਵੀ ਜਿਹੜੀ ਠੰਡੀ ਧੀਰੀ ਆ। ਅਤੇ ਹੁਣ ਜਿਹੜੀ ਆ ਮੱਝ ਤੁਹਾਨੂੰ ਦਿਖਾਉਣੀ ਆ, ਪਹਿਲੇ ਨੰਬਰ 'ਤੇ ਮੱਝ ਜਿਹੜੀ ਤੁਹਾਨੂੰ ਦਿਖਾਵਾਂਗੇ। ਥਣਾਂ ਦਾ ਸਾਈਜ਼ ਗੈਪ ਇਹਦਾ ਦੇਖ ਸਕਦੇ, ਕਾਫੀ ਚੰਗਾ, ਮਿਲਕ ਮੇਨ ਵੀ ਚੰਗੀ ਲੱਗੀ ਆ। ਚਿਹਰਾ ਇਹਦਾ ਇੱਕ ਵਾਰੀ ਤੁਹਾਨੂੰ ਦਿਖਾ ਦਈਏ। ਹਾਂ ਦੇ ਸਕਦੇ। ਸੂਆ ਕਿਹਨੇ ਵਾ? ਸੋਨਾ ਜੀ ਵੀਰ ਜੀ ਨੇ ਜੀ, ਸੂਆ ਇਹਨੇ ਤੇਜਾ ਸੁਮਣਾ ਆ। ਅੱਛਾ ਜੀ, ਬਾਕੀ ਮਹੀਂ ਬੰਦੇ ਉਧਰੋਂ ਲੈ, ਪੂਰੀ ਜੈਡ ਬਲੈਕ ਆ, ਪੂਛ ਤੱਕ ਵੇਖ ਲੋ ਫਲਾਉਣ ਦੇ। ਵੇਖੋ ਮਹੀਂ ਦਾ ਖਾਣ ਦੇ ਵਾ, 15 ਕਿਲੋ ਵਾਲੀ ਮਹੀਂ ਆ। ਉਤਨਾ ਨਾਰਮਲ ਕਿੰਨਾ ਦੁੱਧ ਚਵਾਈ ਜਾਊਗੀ? ਵੀਰ ਜੀ ਗਾਰੰਟੀ ਦਿੱਤੀ ਨੂੰ 14-15 ਕਿਲੋ ਚੋਂਦੇ ਆ। ਅੱਛਾ, ਇਸ ਲਾਗੋ ਲਈ ਆ ਬੰਦੇ ਸਾਂ ਜਿਹੜੇ 14-15 ਕਿਲੋ ਦਾ ਰਿਕਾਰਡ ਆ ਇਹਦਾ ਦੁੱਧ ਆ ਮਹੀਂ ਦਾ। ਬਾਕੀ ਦੇਣ ਦਾ ਮਹੀਂ ਦੁੱਧ ਵਾਲੀ ਆ। ਕਿੰਨੇ ਦੇ ਦੋਗੇ ਤੁਸੀਂ ਇਹ? ਹਾਂ ਨਾ ਹੀ ਦੱਸੀਏ? ਹਾਂ ਨਾ ਹੀ ਦੱਸੋ। ਵੀਰ ਜੀ ਦਾ 70 ਕਰੀਏ, 65 ਕਰੀਏ ਤਾਂ ਵੀ ਮਹੀਂ ਵਿਕਦੀ ਆ। ਅੱਛਾ, 60 ਹਜ਼ਾਰ ਦੀ ਦੇਵਾਂਗੇ। ਉੱਚੋਂ ਵੀ ਕਰ ਦਿਓ ਕੁਛ ਮਾਨ, 4 ਹਜ਼ਾਰ ਛੱਡ ਦਾਂਗੇ, 69 ਦੀ ਦੇਵਾਂਗੇ, ਯਾਰ ਹੋਰ ਛੱਡ ਦਿਓ। ਚਲੋ 58 ਦੀ, 50 ਹਜ਼ਾਰ ਦੀ ਦੇਵਾਂਗੇ, ਹਜੇ ਮਹੀਂ ਵੇਖੋ ਕਦੇ। 58 ਹਜ਼ਾਰ ਦੀ ਵੀਰ ਜੀ ਨੇ ਕਹਿੰਦੇ ਕਿ ਜਿਹੜੀ ਮੱਝ ਦੇ ਦੇਵਾਂਗੇ। ਬਾਕੀ ਭਾਰੇ ਪੱਲੇ ਦੀ ਮੱਝ ਹੈ, ਕੱਦ ਕਾਠ ਵੀ ਜਿਹੜਾ ਚੰਗਾ, ਅਤੇ ਸੋਨ ਤੱਕਰ ਹਵਾਨਾ ਜਿਹੜਾ ਚੰਗਾ ਭਰੂਗੀ। ਬਾਕੀ ਦੁੱਧ ਵਾਲੀ ਮੱਝ ਹੈ ਜਿਹੜੀ ਵੇਖਣ 'ਚ। ਆਹ ਦੇਖ ਸਕਦੇ ਥੱਲੇ ਹਵਾਨਾ, ਹਵਾਨਾ ਜਿਹੜਾ ਸੋਹਣਾ ਭਰਨਾ ਇਹਨੇ ਸੋਨ ਤੱਕਰ। ਠੀਕ ਹੈ ਜੀ, ਬਾਕੀ ਇੱਧਰ ਕੋ ਠੰਡੀ ਬੜੀ ਆ, ਇੱਧਰ ਮੈਂ ਫੇਰੋ ਥੱਲੇ। ਠੀਕ ਹੈ, ਇਸ ਤਰ੍ਹਾਂ ਹੀ ਭਾਵੇਂ ਥੱਲੇ ਬਹਿ ਜਾਓ। ਤੇ ਹੁਣ ਜੇ ਬੰਦੇ ਮਹੀਂ ਲੈ ਆ, ਦੂਸਰੇ ਨੰਬਰ ਤੇ ਦਿਖਾਉਣੀ ਹੁਣ ਜਿਹੜੀ ਇਹ ਸੂਈ ਜੇ ਵੀਰ ਜੀ, ਇਹ ਸੂਈ ਜੇ ਵੀਰ ਜੀ ਨੂੰ ਹੱਕਾ 6-7 ਦਿਨ ਹੋ ਗਏ, ਸੂਈ ਨੇ ਵੀ ਪੂਰੀ ਜੱਟ ਕਰ ਕੇ ਕਾਲੀ ਮਹੀਂ ਆ, ਇਹ ਵੱਡੀ ਮਹੀਂ ਆ, ਵੇਖੋ ਕੱਟ ਕੱਟ ਮਹੀਂ। ਥਾਣੇ ਦੇ ਵੀ ਤੁਹਾਨੂੰ ਲਾਗੇ ਤੋਂ ਦਿਖਾ ਦਈਏ, ਥਾਣਾਂ ਦਾ ਸਾਈਜ਼ ਗੈਪ ਇਹਦਾ ਵੀ ਚੰਗਾ, ਬਾਕੀ ਮਿਲਕ ਵੇਨ ਵੀ ਕਾਫੀ ਮੋਟੀ ਲੱਗੀ ਆ। ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਚੰਗੀਆਂ ਵਾ, ਚਿਹਰੇ ਤੋਂ ਵੀ ਦੇਖ ਸਕਦੇ ਜੇ ਸੋਹਣੀ ਆ, ਅਤੇ ਬਾਕੀ ਕੱਦ ਕਾਠ ਵੀ ਜਿਹੜਾ ਪੂਰਾ ਚੰਗਾ ਵਾ, ਉੱਚੀ ਮੱਝ ਆ ਜਿਹੜੀ ਪੂਰੀ।
बाकी चंगे कद काठ वाली है जिहड़ी मज हाइट जिहड़ी इहदी पूरी उच्ची आ बच्चे आ जिहड़े इन्हां दे बच्चे बच्चे भी तुहानूं हुणे दिखा देंगे इहदे मगर कट्टा होया जिहड़ा बाकी थल्लियों जिहड़ी काफी खुली आ बाकी वीडियो बनाउण दा टाइम वी जिहड़ा अजे दुपहर दा वा 12:30 का टाइम है जो हम वीडियो बनाते हैं बाकी शाम तक अपने दुध के हिसाब से हवाने जो भरोगे फोन टाइम दिखा दे वीर जी हूँ तक हाँ देख सकते 12:37 जो हुए हैं उस हिसाब ना कोई वीर हवाने का अंदाजा लावे जो सूईया मझा हूँ ये काफ़ी सूई जी वीर जी ये कट्टी जी हमने तुम दिखाई है ताजी सूई जी नाड़ू ती है बच्चा ये किन्ने दिन होए वीर जी ने सूई ने अच्छा कल दी सूई है किन्ना का बोला होगा इहदे कोल 8 किलो बोला होगा अच्छा 12-13 लीटर चवाई जाऊगी ठीक है की मुल रखना जी फिर अच्छा एदा भी 65,000 कर दो ਇਹਦਾ ਕੋ ਹਮਾਨਤਾਂ ਵਿੱਚੋਂ ਇਹਦਾ ਯਾਰ ਛੱਡ ਦਾਂਗੇ 63 ਦੀ ਜਲਾਂਗੇ ਵੀ ਚਲੋ ਇਹ ਵੀ 63 ਦੀ ਹੋ ਗਈ ਫਿਰ ਉਹ ਵੀ ਦੋਵੇਂ ਜਿਹੜੀਆਂ ਸੂਈਆਂ 63 ਦੀਆਂ ਹੋ ਗਈਆਂ ਹਾਂਜੀ ਜਿਹੜੇ ਕੋਈ ਮਰਜ਼ੀ ਵੀਰ ਲੈ ਜਾਏ ਜੇ ਕੋਈ ਜੋੜਾ ਕੋਈ ਪਾਲੂਗਾ ਹਮਾਨਤਾਂ ਵੱਧ ਕਰ ਦੋਗੇ ਕੋਈ ਨਹੀਂ ਕਰ ਦਾਂਗੇ ਹਮਾਨਤਾਂ ਵੱਧ ਵੀਰ ਜੀ ਨੇ ਕਹਿੰਦੇ ਕਰ ਦੇਵਾਂਗੇ ਬਾਕੀ ਆਹ ਦੇਖ ਸਕਦੇ ਜੇ ਪੂੜੇ ਵੀ ਨਹੀਂ ਜਿਹੜੇ ਇਹਨੇ ਪੂਰੇ ਖਿੱਚੇ ਆਹ ਦੇਖ ਸਕਦੇ ਨਹੀਂ ਸਾਰੀਆਂ ਚੰਗੀਆਂ ਇੱਕ ਦੂਜੀ ਤਾਂ ਦੋ ਤਾਂ ਹੈ ਤਾਜੀ ਸੂਈ ਆ ਜਿਹੜੀ ਬਿਲਕੁਲ ਇਹ ਵੀ ਥੱਲਿਆਂ ਜਿਹੜੀ ਕਾਫੀ ਸਫਾਈ ਜਾ ਰਹੀ बाकी स्थान भी काफी चंगा लगा इन्हें काफी दूर दूर स्थान जरा लगा ते मगर भी ये कट्टी है ते गिला नाड़ू है जरा कट्टी ਆਦੇ ਸਾਦੇ ਹਵਾਨਾ ਇਹਦਾ ਹੁਣ ਚੌਥੇ ਨੰਬਰ ਤੇ ਇੱਕ ਤੁਹਾਨੂੰ ਝੋਟੀ ਨੀਲੀ ਦੀ ਤੁਹਾਨੂੰ ਦਿਖਾਉਣੀ ਆ ਇਹ ਵੀ ਸੂਈ ਝੋਟੀ ਤੁਹਾਨੂੰ ਦਿਖਾਉਣੀ ਆ ਚਿਹਰਾ ਦੇਖ ਸਕਦੇ ਬਿਲਕੁਲ ਛੋਟਾ ਛੋਟਾ ਸਿੰਘ ਆ ਜਿਹੜਾ ਇਹਦਾ ਤੇ ਆਹ ਦੇਖ ਸਕਦੇ ਥਾਣ ਇਹਦੇ ਵੀ ਲੱਗੇ ਸੂਆ ਪਹਿਲਾਂ ਹੀ ਜਵੇਦੀ ਇਹਦਾ ਕਿੰਨਾ ਚਿਰ ਹੋਇਆ ਜਿੰਨੇ ਸੂਈ ਨੂੰ ਇਹਨੇ ਸੂਈ ਨੂੰ 6-7 ਦਿਨ ਹੋ ਗਏ 8 ਦਿਨ ਹੋ ਗਏ 8 ਦਿਨ ਹੋ ਗਏ ਆ ਹਾਂਜੀ ਆਹ ਦੇਖ ਸਕਦੇ ਹਵਾਨਾ ਇਹਦਾ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ ਉਹ ਤਾਂ ਵੀਰ ਜੀ ਭਾਵੇਂ 10 ਕਿਲੋ ਕਹ ਰਹੀ ਹੈ 9 ਕਿਲੋ ਦੀ ਢਰਗੀ ਗਰੰਟੀ ਹੋ ਜੇਗੀ ਬਿਲਕੁਲ ਤਿਆਰ ਹੈ 9 ਲੀਟਰ ਤੇ ਦੂਜੀ ਇਹ ਵੀ ਗੱਲ ਜੇ 2.5 ਕਿਲੋ ਲੀਟਰ ਮਾਰ ਲਈਏ ਮੇਰੀ ਝੋਟੀ ਦੀ ਨਾ ਗਾੜੋਗੀ ਤੇ ਕਰਵੀਆਂ ਨਾ ਲਾਉਂਗਾ ਅੱਛਾ 2.5 ਲੀਟਰ ਗਾੜੀ ਆ ਚਾਹਾਂ ਥਣਾ ਜੇ ਉਹਨੀ ਗਾੜ ਦੋਨੀ ਫਿਹਾੜੇ ਮੇਰੀ ਝੋਟੀ ਦੀ ਅੱਛਾ ਜੀ ਹਾਂਜੀ ਤੇ ਇਹਦਾ ਕੀ ਮੁੱਲ ਜੇ ਫਿਰ ਇਹਦਾ ਵੇਖ ਲਓ ਜਿੰਨਾ ਚੰਗੀ ਲੱਗਦੀ ਹੈ ਜੀ ਕਰ ਦਿਓ ਜੇ ਅੱਜ ਆ ਫਿਰ ਇਹਦਾ ਵੀਰ ਜੀ 62,000 62,000 ਹਾਂਜੀ 60 ਦੀ ਕਰਦਾ ਫਿਰ ਇਹ ਵੀ ਦੇ ਦਾਂਗੇ ਪੂਰੇ 60,000 ਦੀ ਝੋਟੀ ਵੇਖੋ ਕਿਹੜੀ ਬਰੀਕੀ ਦੀ ਦੁੱਧ ਕਦਰ ਕੱਟੀ ਖਲੋਂਦੇ ਦੁੱਧ ਕਿੰਨਾ ਕੇ ਚਵਾ ਦੋਗੇ ਦੁੱਧ ਵੀ ਜੀ 9 ਕਿਲੋ ਹੋਣਾ ਦੁੱਧ 12-13 ਕਿਲੋ ਕੋਈ ਸੇਵਾ ਕਰੇਗਾ ਤੇ ਚਵਾਏਗੀ ਅੱਛਾ ਜੀ 9 ਕਿਲੋ ਬਾਕੀ ਔਲ ਕਰੇ ਤਾਂ ਵੀ ਦੇਣਦਾਰ ਕੇ ਥਾਣ ਚ ਭੂਰ ਛਟਾ ਹੋ ਜੇ ਤਾਂ ਵੀ ਮੈਂ ਵਾਪਸ ਠੀਕ ਹੈ ਜੀ ਹਾਂਜੀ ਤੋਰੋ ਵੀਰ ਜੀ ਕਰੀ ਲੈ ਜਾਓ ਫਿਰ ਉਧਰ ਨੂੰ ਘੁਮਾ ਕੇ ਇੱਕ ਵਾਰੀ ਲੈ ਬਾਕੀ ਉਂਝ ਜਿਹੜਾ ਕੱਦ ਕਾਠੇ ਦਾ ਚੰਗਾ ਆ ਮੌਕੇ ਦੇ ਦੁੱਧ ਜਿਹੜਾ 9 ਲੀਟਰ ਤਿਆਰ ਆ ਜਿਹੜਾ ਕਹਿੰਦੇ ਆ
ਇੱਥੇ ਆ ਕੇ ਆਪਣੀ ਚਵਾਈ ਕਰਕੇ ਸੱਤ ਕੁ ਵਜੇ ਦੀ ਚਵਾਈ ਜਿਹੜੇ ਵੀਰ ਜੀ ਹੋਣੀ ਦੱਸਦੇ ਕੀ ਹੋਈ ਆ ਇੱਥੇ ਆ ਕੇ ਆਪਣੀ ਚਵਾਈ ਕਰਕੇ ਵੇਖ ਚਾਖ ਕੇ ਆਪਣੀ ਸਮਝ ਦੇ ਹਿਸਾਬ ਨਾਲ ਪਸੰਦ ਕਰਕੇ ਫਿਰ ਤੇ ਮਗਰ ਵੀ ਇਹਦੇ ਕੱਟੀ ਆ ਇੱਕ ਮਿੰਟ ਰੋਕ ਦੇ ਵੀਰ ਜੀ ਇੱਥੇ ਬੱਚਾ ਦਿਖਾ ਆਹ ਲੋਈ ਕੱਟੀ ਆ ਤੇ ਜਿਹੜੀ ਹੁਣ ਮੱਝ ਵਿਖਾਉਣੀ ਆ ਉਹਦਾ ਬੱਚਾ ਕਿਹੜਾ ਜੇ ਨੀਲੀ ਦੀ ਜਿਹੜੀ ਦਿਖਾਉਣੀ ਕੱਟਾ ਕੱਟੀ ਕੱਟੀ ਅੱਛਾ ਕੱਟੀ ਜੀ ਅਭੀ ਨਵੀਆਂ ਨਹੀਂ ਕੱਟੀ ਇੱਕੋ ਦਾ ਕੱਟਾ ਇੱਕੋ ਹੀ ਕੱਟਾ ਬਾਕੀ ਕੱਟੀਆਂ ਹੀ ਆ ਸਾਰੀਆਂ 60,000 ਦੀ ਵੀਰ ਜੀ ਨੇ ਕਹਿੰਦੇ ਕਿ ਦੇ ਦਿਆਂਗੇ ਆਪਾਂ ਇਹ ਵੀ ਹੁਣ ਇੱਕ ਨੀਲੀ ਦੀ ਮੱਝ ਤੁਹਾਨੂੰ ਇੱਕ ਹੋਰ ਸੂਈ ਤੁਹਾਨੂੰ ਦਿਖਾਵਾਂਗੇ ਦੱਸੀਏ ਵੀਰ ਜੀ ਆਹ ਮੱਝ ਬਾਰੇ ਜਿਹੜੀ ਹੁਣ ਸੂਈ ਅੱਛਾ ਇਹਦੇ ਮਗਰ ਵੀ ਕੱਟੀ ਅੱਛਾ ਜੀ 11-12 ਕਿਲੋ ਚਵਾਏਗੀ 11-12 ਲੀਟਰ ਚਵਾਈ ਜਾਊਗੀ ਤੇ ਇਹਦਾ ਕੀ ਮੁੱਲ ਜੇ ਮੌਕੇ ਤੇ ਜਿਹੜਾ 9 ਲੀਟਰ ਆ ਤੇ 12 ਕ ਤੱਕ ਲੈ ਜੇ 12 ਕ ਤੱਕ ਜਿਹੜਾ ਚਵਾ ਸਕਦੀ ਆ ਮਗਰ ਇਹਦੇ ਵੀ ਕੱਟੀ ਆ ਲੈ ਜੇ ਹੁਣ ਇੱਕ ਹੋਰ ਤੁਹਾਨੂੰ ਮੱਝ ਜਿਹੜੀ ਕਾਫੀ ਚੰਗੇ ਕੱਦ ਕਾਠ ਵਾਲੀ ਇੱਕ ਤੁਹਾਨੂੰ ਦਿਖਾਉਣੀ ਆ ਇਹ ਦੋਵੇਂ ਮੱਝਾਂ ਹੁਣ ਤੁਹਾਨੂੰ ਬੱਚੇ ਤੋਂ ਬਗੈਰ ਤੁਹਾਨੂੰ ਦਿਖਾਵਾਂਗੇ ਦੱਸੀਏ ਵਧੀਆ ਵੱਡੀ ਮੱਝ ਬਾਰੇ ਦੱਸੀਏ ਫਿਰ ਥਾਣੇ ਦੇ ਪਹਿਲਾਂ ਦੇਖ ਸਕਦੇ ਇੱਕ ਦੀ ਲਾਗੇ ਤੋਂ ਚੰਗੇ ਕੱਦ ਕਾਠ ਦੀ ਹੈ ਵੀ ਹਨਾ ਠੀਕ ਹੈ ਜੀ ਖੋਲੋ ਹਵੇ ਤੋਰ ਦੀਏ ਇਹਨਾਂ ਆ ਦੇਖ ਸਕਦੇ ਜੀ ਚੰਗੇ ਕੱਦ ਕਾਠ ਵਾਲੀ ਆ ਜਿਹੜੀ ਲੈ ਜੀ ਉਹਦੀ ਹਾਈਟ ਜਿਹੜੀ ਇਹਦੀ ਕਾਫੀ ਉੱਚੀ ਪਹਾੜੇ ਤੇ ਜਿਹੜੇ ਕਹਿੰਦੇ ਕਿ ਮਿਲਦੀ ਆ ਉਂਝ ਰਾਜੀ ਆ ਸਾਂਭੀ ਸੁੰਭੀ ਵੀ ਚੰਗੀ ਆ ਕਿੰਨਾ ਦੁੱਧ ਵੀਰ ਜੀ ਦੱਸਿਆ ਜੀ ਦੇਖੋ 8 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਠੰਡਾ ਕਰਕੇ ਹੈਗਾ ਬਾਕੀ ਇੱਥੇ ਆ ਗਿਆ ਆਪਣੀ ਕੋਈ 2 ਟਾਈਮ ਚੋਲੇ ਕੋਈ 3 ਟਾਈਮ ਚੋਲੇ ਉਹ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਕਿਉਂਕਿ ਪੈਸੇ ਵੀ ਤੁਸੀਂ ਖਰਚਣੇ ਆ ਲੈ ਜਾਓ ਜੀ ਠੀਕ ਹੈ ਜੀ ਹੁਣ ਇੱਕ ਮੱਝ ਤੁਹਾਨੂੰ ਦਿਖਾਉਣੀ ਹੈ ਇਸ ਤੋਂ ਬਾਅਦ ਇੱਕ ਗਾਂ ਵੀ ਤੁਹਾਨੂੰ ਹੋਲੇ ਭਾਅ ਚ ਦਿਖਾਉਣੀ ਹੈ ਦੱਸੀਏ ਵਧੀਆ ਮੱਝ ਜਿਹੜੀ ਐਂਡ ਤੇ ਰਹਿ ਗਈ ਹੁਣ ਤੇ ਥਣ ਥੁਣ ਪੂਰੇ ਬਾਕੀ ਆ ਦੇਖ ਸਕਦੇ ਥਾਣੇ ਤੇ ਖੋਲੋ ਹਾਂ ਤੋਰ ਦੀ ਤੇ ਇਹਦੇ ਫਿਰ ਕਿੰਨੇ ਚ ਦੇ ਦੇਣੀ ਜੇ 60,000 ਦੀ ਦੇ ਦੋਗੇ ਠੀਕ ਹੈ ਜੀ ਖੋਲੋ ਹਾਂ ਫਿਰ ਤੋਰੀਏ ਇਹਨਾਂ ਨੂੰ
ਬਾਕੀ ਕੱਦ ਕਾਠ ਜਿਹੜਾ ਇਹਦਾ ਵੀ ਠੀਕ ਹੈ ਬੜੀ ਬਾਣੀ ਖਾਣ ਮੈਂ ਚੋਗੇ ਨੂੰ ਸੱਲੀ ਕਰਕੇ ਦੋੜਾ ਖੜੇ ਆਪਨੇ ਕੋਈ ਚਵਾਲੇ ਕੋ ਦੋ ਟਾਈਮ ਤਿੰਨ ਟਾਈਮ ਚੋਲੇ ਫੇਰ ਆਪਣਾ ਪਸ਼ੂ ਖਰੀਦੇ ਜੀ ਬਾਕੀ ਥਾਣੇ ਜਿਹੜੇ ਵਿੱਜ ਹੋਣੇ ਇਹਦੇ ਪੂਰੇ ਦਾਂਤੇ ਆ ਬੱਚਾ ਨਹੀਂ ਜਿਹੜਾ ਇਹਦਾ ਹੈਗਾ ਅਤੇ ਬੂਸ਼ੀ ਜਿਹੜੀ ਬਣਾਈ ਆ ਲੈ ਜਾਓ ਜੀ ਲੈ ਜਾ ਖਿੱਚ ਕੇ ਬਾਕੀ ਜਗ੍ਹਾ ਵੀ ਹਿਸਾਬ ਦੀ ਆ ਤੇ ਡੰਗਰ ਵੀ ਜ਼ਿਆਦਾ ਬੱਜੇ ਆ ਜਦੋਂ ਕੋਈ ਕਿਤੇ ਕੱਲੀ ਕਾਰੀ ਜਗ੍ਹਾ ਤੇ ਜਾਊਗੀ ਤੇ ਉਹ ਸਾਡਾ ਦੁੱਧ ਵੱਧ ਵੀ ਜਾਵੇ ਲੈ ਆਇਓ ਵੀਰ ਜੀ ਘੁਮਾ ਕੇ ਚਿਹਰਾ ਦੇਖ ਸਕਦੇ ਇੱਕ ਵਾਰੀ ਤੇ ਇਹਦਾ ਕੀ ਮੁੱਲ ਜੇ ਵੀਰ ਜੀ ਫਿਰ ਇਹਦਾ ਮੁੱਲ ਵੀਰ ਜੀ ਜਾਇਜ਼ ਹੀ ਅਜੇ ਕਿੰਨਾ ਕੁ ਮੁੱਲ 20,000-18,000 ਦੇ ਦਾਂਗੇ ਅੱਛਾ 18,000 ਦੀ ਦੇ ਦੋਗੇ ਹਾਂਜੀ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਛ ਕਹਿਣਾ ਜੀ ਫਿਰ ਵਾਜੀ ਵਾਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆਵੇ ਆਪਣੀ ਤਸੱਲੀ ਕਰਕੇ ਵੇਖ ਚਾਹ ਕੇ ਦੋ ਟਾਈਮ ਚੋਲੇ ਕੋਈ ਤਿੰਨ ਟਾਈਮ ਚੋਲੇ ਗੱਬਨ ਪਾਸ ਕਰਕੇ ਖੜੇ ਅਤੇ ਆਪਣੀ ਜ਼ਿੰਮੇਵਾਰੀ 'ਤੇ ਥਾਂ ਥੁਣ ਸਾਰੀਆਂ ਚੀਜ਼ਾਂ ਵੇਖ ਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ